पिंड राय के कलां दे लोकां ने थाना नंदगढ़ दा कीता घेराओ। मामला पिछले दिनी पिंड विचों चोरी कीते गए छोटे दी पाल विच देरी वरतण दा। दस दईए कि अज संगत मंडी अधीन पेंदे पिंड राय के कलां दी गौशाला विचों पिछले दिनी चोरां वल्लों एक छोटे नूं चोरी कर लिया गया सी। इस सारे मामले नूं लैके पिंड वासियां वल्लों थाणा नंदगढ़ दी पुलिस नूं दरखास्त दे के छोटा चोरी करन वाले व्यक्तियां नूं काबू करन दी मंग कीती गई सी, लेकिन ए पुलिस वल्लों इस मामले दी डूंघाई नाल जांच ना करन ते अज पिंड वासियां ने किसान जथेबंदियां नूं नाल लैके थाणा नंदगढ़ दा घेराव कर दिता अते पुलिस प्रशासन खिलाफ जोरदार नारेबाजी भी कीती। इस मौके जानकारी दिंदे होए इहना पिंड वासिया ने कहा है कि पिछले दिनी साडे पिंड दी गौशाला विचो चोरा ने एक छोटे नू चोरी कर लिया सी, लेकिन साडे वल्लों थाना नंदगढ़ दी पुलिस नू इस चोरी होए छोटे दी तलाश करन अते इस सारे मामले दी डूंघाई नाल पड़ताल करन लई एक शिकायत भी दित्ती सी, लेकिन 17 दिन बीत जाण दे बावजूद भी पुलिस वल्लों इस मामले दी डूंघाई नाल पड़ताल नहीं कीती, जिस कारण उन्हां नूं मजबूरी वास्ते धरना देना पै रहा है। इहना धरना दे रहे पिंड वासियां ने कहा है कि अगर जेकर पुलिस ने इस मामले दी डूंघाई नाल जांच करके छोटे चोर गिरोह नूं काबू ना कीता तां उह संघर्ष नूं तेज करनगे। पिछले इस महीने दे 6 तरीक दी ते 7 तरीक दी सांझी रात नूं साडा इक झोटा चोरी होया सी। असी 7 तरीक नूं पुलिस नूं इतलाह की, 12 तरीक तक कोई मुलाजम रह के कलां नहीं गया। जे 12 नूं भी असी आ के कहा भी सानूं आह बंदे ते शक है, साडे कहन ते मिन्नतां करन ते फिर मुलाजम कुछ गए, सारे बंदे दे बयान लए, बयानां दे विच इक बंदे ते शक पिया, उहनूं लिआए थाने च। थाने आउण सार उह मन गया भी मैं झोटे दोनों बेचे है, चोरां नूं बेचे है, रात नूं आपदे हत्थीं चकाए है। ਉਹੀ ਗੱਲ ਅੱਜ ਤੱਕ ਪੁਲਿਸ ਕਹਿ ਰਹੀ ਆ, ਉਹਨੂੰ ਕੋਰਟ 'ਚ ਪੇਸ਼ ਵੀ ਕੀਤਾ, 5 ਦਿਨ ਦਾ ਰਿਮਾਂਡ ਵੀ ਲਿਆ ਹੈ, ਪਰ ਇੱਕ ਚੋਰ ਜਦੋਂ ਮਿਲ ਸਕਦਾ ਦੂਜੇ ਚੋਰ ਕਿਉਂ ਨਹੀਂ ਮਿਲਦੇ? 3 ਜਾਂ 4 ਚੋਰਾਂ ਦਾ ਕੰਮ ਹੈ, ਇੱਕ ਚੋਰ ਮਿਲ ਗਿਆ ਉਦੋਂ ਅੱਗੇ ਜਿਹੜੇ ਉਹਨੇ ਮਤਲਬ CI ਸਟਾਫ ਜਾ ਕੇ ਦੱਸਿਆ ਚੋਰਾਂ ਦੇ ਨਾਂ, ਉਹ ਪੁਲਿਸ ਦੱਸ ਨਹੀਂ ਰਹੀ ਅੱਗੇ ਲੋਕਾਂ ਨੂੰ, ਕੋਈ ਪਤਾ ਨਹੀਂ ਲੱਗ ਰਿਹਾ ਚੋਰ ਕੌਣ ਹੈ। ਅਸੀਂ ਮੰਗ ਕਰਦੇ ਹਾਂ ਵੀ ਜਿਹੜੇ ਅੱਗੇ ਨਾਲ ਸਾਥੀ ਚੋਰ ਆ ਉਹਦੇ 3-4 ਉਹ ਫੜੇ ਜਾਣ, ਇੱਕ ਬੰਦਾ ਫੜ ਕੇ ਜੇਲ੍ਹ ਭੇਜ ਤਾ ਔਰ ਮਾਮਲਾ ਰਫਾ ਦਫਾ ਹੋ ਜਾਊਗਾ, ਕੋਈ ਝੂਠਾ ਬਰਾਮਦ ਨਹੀਂ ਕੀਤਾ, ਚੋਰ ਅੱਗੇ ਕੋਈ ਨਹੀਂ ਫੜੇ। ਅਸੀਂ ਗੱਡੀ ਦੀ ਇੱਕ ਲੋਕੇਸ਼ਨ ਲੈ ਕੇ ਦਿੱਤੀ, ਫੋਟੋ ਲੈ ਕੇ ਦਿੱਤੀਆਂ ਪਿੰਡਾਂ ਵਿੱਚ ਦੀ ਗੱਡੀ ਗਈ, ਉਹਦਾ ਨੰਬਰ ਵੀ ਦਿੱਤਾ ਇਹਨਾਂ ਨੇ, ਕੋਈ ਪਤਾ ਨਹੀਂ ਕੀਤਾ ਪੁਲਿਸ ਨੇ। ਅਖੀਰ ਇਹੀ ਮੰਗ ਕੀਤੀ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਵੀ ਜੋ ਵੀ ਝੋਟਾ ਚੋਰ ਹੈ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ, ਝੋਟੇ ਬਰਾਮਦ ਕੀਤੇ ਜਾਣ। ਇਹਦਾ ਜਿਹੜਾ ਮਾਮਲਾ ਸਾਡਾ, ਇੱਕ ਸਾਡਾ ਸਾਨ ਰੱਖਿਆ ਹੋਇਆ ਸੀ ਗਊਸ਼ਾਲਾ ਦੇ ਵਿੱਚ ਸਾਂਝਾ, ਜਿੱਥੋਂ ਲੋਕ ਆਪਣੇ ਪਸ਼ੂ ਸਮਰਾਉਂਦੇ ਸੀਗੇ, ਅਤੇ ਸਾਰੇ ਪਿੰਡ ਦਾ ਉਹ ਸਾਂਝਾ ਸਾਨ ਸੀਗਾ। ਉਹ ਪਿਛਲੀ 6-7 ਤਰੀਕ ਦੀ ਦਰਮਿਆਨੀ ਰਾਤ ਨੂੰ ਉੱਥੋਂ ਚੋਰੀ ਹੋ ਗਿਆ। ਚੋਰੀ ਹੋਣ ਤੋਂ ਬਾਅਦ ਅਸੀਂ ਲਗਾਤਾਰ ਜਿਹੜੀ ਹੈ ਪੁਲਿਸ 'ਤੇ ਦਬਾਅ ਬਣਾਇਆ, ਅਤੇ ਪੁਲਿਸ ਨੇ ਇੱਕ ਬੰਦਾ ਚੱਕਿਆ, ਪਰ ਕਰਿਆ ਉਹਦਾ ਕੁਛ ਨੀਗਾ। ਜੇ ਅਸੀਂ 21 ਤਰੀਕ ਦਾ ਅਲਟੀਮੇਟਮ ਦੇ ਕੇ ਗਏ, ਉਹਦਾ ਰਿਮਾਂਡ ਲਿਆ ਇਹਨਾਂ ਨੇ, ਤਾਂ ਸਿਰਫ ਸਾਨੂੰ ਇੰਨਾ ਹੀ ਜਵਾਬ ਦਿੱਤਾ ਹੈ ਕਿ 5000 ਰੁਪਇਆ ਉਹ ਮੰਨਿਆ ਵੀ ਮੈਂ 5000 ਲਿਆ ਸਾਨ ਅਤੇ ਕੱਟਾ ਹੋ ਖੋਲ੍ਹ ਕੇ ਲੈ ਗਏ, ਪਰ ਅੱਗੇ ਜ਼ਿਕਰ ਉਹ ਜਿਹੜੀ ਗੱਲ ਹੈ ਉਹ ਨਹੀਂ ਤੁਰੀ ਕਿ ਕੌਣ ਲੈ ਕੇ ਗਿਆ, ਕੌਣ ਸਾਨ ਬਕਾਉਂਦਾ, ਕਿਹਨੇ ਖਰੀਦਿਆ ਹੈਗਾ, ਇਹ ਸਾਰਾ ਕੁਛ ਲੰਮਾ ਸਿਲਸਿਲਾ ਚੱਲ ਰਿਹਾ। ਪਿਛਲੇ 3-4 ਵਾਰੀ ਇੱਥੋਂ ਸਾਨ ਚੋਰੀ ਹੋ ਗਿਆ, ਪਿੰਡਾਂ ਦੇ ਵਿੱਚੋਂ ਸਾਨ, ਜਿਹੜੇ ਕਿਸੇ ਪਿੰਡ ਦੇ ਵਿੱਚ ਵੀ ਸਾਨ ਨਹੀਂ ਛੱਡਿਆਗਾ, ਤਾਰਾਂ ਸਾਡੇ ਮੋਟਰਾਂ ਦੇ ਉੱਤੇ ਉਹ ਨਹੀਂ ਛੱਡੀਆਂ ਜਾਂਦੀਆਂ, ਮੋਟਰਾਂ ਨਹੀਂ ਛੱਡੀਆਂ ਜਾਂਦੀਆਂ, ਟਰਾਂਸਫਾਰਮਰ ਨਹੀਂ ਛੱਡੀ ਜਾਂਦੇ ਗੇ, ਅਤੇ ਜਦੋਂ ਵੀ ਅਸੀਂ ਖੇਤ ਜਾਂਦੇ ਹਾਂ ਹਾਲਾਤ ਇਹ ਹੈ ਵੀ ਸਾਡੀ ਫਸਲ ਦਾ ਵੀ ਕੋਈ ਸਾਨੂੰ ਪਤਾ ਨਹੀਂ ਵੀ ਕੋਈ ਵੱਢ ਕੇ ਲੈ ਜੀ, ਇੰਨੇ ਵਿਗੜੇ ਹੋਏ। ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਚੋਰਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਸਾਨੂੰ ਇਨਸਾਫ਼ ਦਵਾਇਆ ਜਾਵੇ।